ਉਹਦੇ ਬਾਰੇ ਤਾਂ ਜੀ ਆਮ ਅਸੀਂ 3 ਮਹੀਨਿਆਂ ਤੋਂ ਦੱਸਦੀ ਆ ਰਹੇ ਹਾਂ ਵੀ ਜੋ ਧਰਨੇ ਪਹਿਲਾਂ ਰੇਲ ਪਟੜੀਆਂ 'ਤੇ ਚੱਲੇ ਆ ਹੁਣ ਪਿਛਲੇ 26 ਤਰੀਕ ਤੋਂ ਲੈ ਕੇ ਦਿੱਲੀ ਜਾਮ ਕਰਿਆ ਵਾਗਾ ਸਰਕਾਰਾਂ ਸਾਡਾ ਕੋ ਸੌਣ ਨਹੀਂ ਰਹੀਆਂ ਉਸ ਦੇ ਲਈ ਅੱਜ ਤਪਾ ਮੰਡੀ ਦੇ ਵਿੱਚ ਅਸੀਂ ਜਿਹੜਾ ਜੀਓ ਕੰਪਨੀ ਦੇ ਦਫ਼ਤਰ ਇਹਨਾਂ ਦਾ ਖੋਲ੍ਹਿਆ ਵਾ ਮੋਬਾਈਲ ਦਾ ਉਹਨੂੰ ਬੰਦ ਕਰਾਇਆ ਗਾ ਬੰਦ ਕਰਕੇ ਉਹਦੇ ਅੱਗੇ ਧਰਨਾ ਦਿੱਤਾ ਗਿਆ ਗਾ ਜਿਹੜੇ ਖੇਤੀ ਕਾਨੂੰਨ ਨੇ 3 ਉਹਨਾਂ ਨੂੰ ਰੱਦ ਕਰਨਾ ਚਾਹੀਦਾ ਗਾ ਜਿੰਨਾ ਚਿਰ ਇਹ ਰੱਦ ਨਹੀਂ ਕਰਨਗੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਹੀ ਧਰਨੇ ਦਿੰਦੇ ਰਹਾਂਗੇ ਜਿੰਨਾ ਵੀ ਚਿਰ ਸਾਨੂੰ ਧਰਨੇ ਦੇਣੇ ਪੈ ਜਾਣ ਅਸੀਂ ਥੱਕਾਂਗੇ ਨਹੀਂ ਅਤੇ ਉਹ ਉਹਦੇ ਫਾਟਕਾਂ ਦੇ ਲਵੇ ਦਫ਼ਤਰ ਆ ਉਹ ਦਫ਼ਤਰ ਬੰਦ ਕਰਿਆ ਗਿਆ ਸੰਘਰਸ਼ ਅਸੀਂ ਖਤਮ ਵੀ ਨਹੀਂ ਹੋਣ ਦੇਵਾਂਗੇ ਜਿੰਨਾ ਵੀ ਚਿਰ ਆ ਨਾ ਕੋਈ ਇਹਨਾਂ ਦਾ ਟਾਵਰ ਚੱਲਣ ਦਈਏ ਨਾ ਦਫ਼ਤਰ ਖੁੱਲ੍ਹਣ ਦਈਏ ਨਾ ਪੰਪ ਖੁੱਲ੍ਹਣ ਦਈਏ ਜਿੰਨਾ ਚਿਰ ਇਹ 3 ਖੇਤੀ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਹੀ ਡਟੇ ਰਹਾਂਗੇ ਅਸੀਂ ਤਪੇ ਮੰਡੀ 'ਚ ਬੈਠੇ ਹਾਂ ਜੀ ਜਿਹੜਾ ਜੀ ਉਹਦਾ ਸਿੰਬਾ ਉਹਨੂੰ ਬੰਦ ਦਫ਼ਤਰ ਬੰਦ ਕਰਾਉਣ ਆਏ ਹਾਂ ਇਹ ਐਂ ਕਰਿਆ ਜੀ ਦਫ਼ਤਰ ਬੰਦ ਵੀ ਜਿੰਨੇ ਚਿਰ 3 ਕਾਲੇ ਕਾਨੂੰਨ ਨਹੀਂ ਸਰਕਾਰ ਬੰਦ ਕਰਦੀ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂ